ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਜੀਤ ਮੈਂ ਬੈਕ ਟੂ ਸਕੂਲ ਟੂਲਕਿਟ ਬਾਰੇ ਬਹੁਤ ਸੁਣਿਆ ਹੈਗਾ ਤੁਸੀਂ ਮੈਨੂੰ ਉਹਦੇ ਬਾਰੇ ਦੱਸ ਸਕਦੇ ਹੋ ਕੁਛ ਹਾਂਜੀ ਸਿੱਖ ਕੋਲੀਸ਼ਨ ਨੇ ਬੈਕ ਟੂ ਸਕੂਲ ਟੂਲਕਿਟ ਇਸ ਲਈ ਬਣਾਇਆ ਹੈਗਾ ਕਿਉਂਕਿ ਅਸੀਂ ਚਾਹੁੰਦੇ ਹੈਗੇ ਨੇ ਸਕੂਲ ਵਿੱਚ ਸਿੱਖਾਂ ਦੇ ਬਾਰੇ ਕਾਫੀ ਜਾਣਕਾਰੀ ਹੋਵੇ ਨਾਲ ਦੀ ਨਾਲ ਜਿਹੜੇ ਟੀਚਰਸ ਹੈਗੇ ਨੇ ਉਹਨਾਂ ਨੂੰ ਵੀ ਪਤਾ ਹੋਵੇ ਅਸੀਂ ਸਿੱਖੀ ਦੇ ਬਾਰੇ ਡਿਫਰੈਂਟ ਰਿਲੀਜਨ ਦੇ ਬਾਰੇ ਕਿਵੇਂ ਸਮਝਾ ਸਕਦੀ ਹੈ ਕਲਾਸਰੂਮ ਵਿੱਚ ਅਤੇ ਸਭ ਤੋਂ ਜ਼ਰੂਰੀ ਗੱਲ ਹੈਗੀ ਹੈ ਜਿਹੜੇ ਸਾਡੇ ਬੱਚੇ ਹੈਗੇ ਨੇ ਉਹਨਾਂ ਨੂੰ ਸਕੂਲ ਵਿੱਚ ਸਕੂਲ ਜਾਣ ਦੀ ਖੁਸ਼ੀ ਹੋਣੀ ਚਾਹੀਦੀ ਹੈਗੀ ਹੈ ਸਕੂਲ ਵਿੱਚ ਉਹ ਸੁਰੱਖਿਅਤ ਸੇਫ ਫੀਲ ਕਰਨ ਅਤੇ ਉਸ ਲਈ ਅਸੀਂ ਜਿਹੜੇ ਨੋ ਯਰ ਰਾਈਟਸ ਮਟੀਰੀਅਲਸ ਹੈਗੇ ਨੇ ਸਕੂਲ ਬੁਲਿੰਗ ਦੇ ਬਾਰੇ ਮਾਂ ਪਿਓ ਆਪਣੇ ਸਕੂਲ ਵਿੱਚ ਬੱਚਿਆਂ ਦੇ ਸਕੂਲ ਵਿੱਚ ਕਿਵੇਂ ਇਨਵੋਲਵ ਹੋ ਸਕਦੇ ਹੈਗੇ ਨੇ ਅਸੀਂ ਇਹਦੇ ਉੱਤੇ ਸਾਰੇ ਰਿਸੋਰਸਿਸ ਬਣਾਏ ਹੈਗੇ ਨੇ ਅਤੇ ਇਹ ਸਾਰੀਆਂ ਚੀਜ਼ਾਂ ਅਸੀਂ ਬੈਕ ਟੂ ਸਕੂਲ ਟੂਲ ਕਿੱਟ ਕਹਿੰਦੇ ਹੈਗੇ ਹਾਂ ਸੋ ਜਿਹੜੀ ਇਹ ਬੈਕ ਟੂ ਸਕੂਲ ਟੂਲ ਕਿੱਟ ਹੈਗੀ ਹੈ ਇਹਦੇ ਵਿੱਚ ਟੀਚਰਸ ਲਈ ਵੀ ਕੁਛ ਹੈਗਾ ਹਾਂਜੀ ਟੀਚਰਸ ਲਈ ਐਕਚੁਲੀ ਕਾਫੀ ਕੁਛ ਹੈਗਾ ਹੈ ਅਸੀਂ ਸਟਾਰਟਿੰਗ ਵਿੱਚ ਸ਼ੁਰੂ ਵਿੱਚ ਉਹਨਾਂ ਲਈ ਬੈਕ ਟੂ ਸਕੂਲ ਟੂਲ ਕਿੱਟ ਬਣਾਇਆ ਹੈਗਾ ਇਹਦੇ ਵਿੱਚ ਲੈਸਨ ਪਲਾਨਸ ਲਈ ਮਿਡਲ ਸਕੂਲ ਹਾਈ ਸਕੂਲ ਲਈ ਅਤੇ ਜਿਹੜੇ ਲੈਸਨ ਪਲਾਨਸ ਹੈਗੇ ਨੇ ਅਸੀਂ ਇਸ ਤਰ੍ਹਾਂ ਬਣਾਏ ਹੈਗੇ ਨੇ ਤਾਂ ਕਿ ਟੀਚਰਸ ਐਕਚੁਲੀ ਯੂਜ਼ ਕਰ ਸਕਦੇ ਹੈਗੇ ਨੇ ਕਲਾਸਰੂਮਸ ਵਿੱਚ ਯੂ ਨੋ 40-50 ਮਿੰਟ ਹੁੰਦੇ ਨੇ ਇੱਕ ਲੈਸਨ ਪਲਾਨ ਲਈ ਸੋ ਇਹ ਸਾਰੇ ਜਿਹੜੇ ਲੈਸਨ ਪਲਾਨਸ ਹੈਗੇ ਨੇ ਉਸ ਟਾਈਮ ਫਰੇਮ ਵਿੱਚ ਬਣਾਏ ਗਏ ਹੈਗੇ ਨੇ ਅਤੇ ਨਾਲ ਦੀ ਨਾਲ ਇੰਝ ਬਣਾਏ ਹੈਗੇ ਨੇ ਤਾਂ ਕਿ ਜਿਹੜੇ ਟੀਚਰਸ ਹੈਗੇ ਨੇ ਉਹ ਕੰਫਰਟੇਬਲ ਹੋਣ ਇਹ ਰਿਸੋਰਸਿਸ ਯੂਜ਼ ਕਰਨ ਲਈ ਇਹ ਲੈਸਨ ਪਲਾਨਸ ਯੂਜ਼ ਕਰਨ ਲਈ ਸੋ ਇੱਕ C3 ਫਰੇਮਵਰਕ ਹੁੰਦਾ ਹੈਗਾ ਜਿਹੜੇ ਟੀਚਰਸ ਯੂਜ਼ ਕਰਦੇ ਹੈਗੇ ਨੇ ਕੁਛ ਲੈਸਨ ਪਲਾਨਸ ਅਸੀਂ ਉਸ ਫਰੇਮਵਰਕ ਵਿੱਚ ਬਣਾਏ ਹੈਗੇ ਨੇ ਅਤੇ ਉਹਦੇ ਬ੍ਰਾਂਡਡ ਹੈਗੇ ਨੇ C3 ਵਾਲੇ ਨਾਲ ਬ੍ਰਾਂਡਡ ਹੈਗੇ ਨੇ ਅਤੇ ਨਾਲ ਦੀ ਨਾਲ ਕਦੀ ਕਦੀ ਟੀਚਰਸ ਨੂੰ ਸਿੱਖੀ ਦੇ ਬਾਰੇ ਕਾਫੀ ਚੀਜ਼ਾਂ ਪਤਾ ਨਹੀਂ ਹੈਗੀਆਂ ਸੋ ਅਸੀਂ ਬੈਕਗਰਾਊਂਡ ਮਟੀਰੀਅਲ ਜਿੱਦਾਂ ਐਜੂਕੇਟਰਸ ਗਾਈਡ ਹੋਵੇ ਸਿੱਖ ਅਵੇਅਰਨੈਸ ਪ੍ਰੈਜੈਂਟੇਸ਼ਨ ਜਿਹੜੀ ਇਹ ਬੈਕਗਰਾਊਂਡ ਮਟੀਰੀਅਲਸ ਹੈਗੇ ਨੇ ਉਹ ਵੀ ਬਣਾਈ ਹੈਗੀਆਂ ਨੇ ਤਾਂ ਕਿ ਸਾਰੀਆਂ ਚੀਜ਼ਾਂ ਉਹਨਾਂ ਲਈ ਇੱਕ ਥਾਂ ਵਿੱਚ ਹੈਗੀਆਂ ਨੇ ਅਤੇ ਉਹ ਆਰਾਮ ਨਾਲ ਸਿੱਖੀ ਦੇ ਬਾਰੇ ਈਜ਼ਲੀ ਸਿੱਖੀ ਦੇ ਬਾਰੇ ਸਿਖਾ ਸਕਦੇ ਹੈ ਇਹ ਬਹੁਤ ਚੰਗਾ ਰਿਸੋਰਸ ਲੱਗ ਰਿਹਾ ਪੇਰੈਂਟਸ ਇਹਨੂੰ ਕਿਵੇਂ ਯੂਜ਼ ਕਰ ਸਕਦੇ ਨੇ ਯਾ ਪੇਰੈਂਟਸ ਐਬਸੋਲੂਟਲੀ ਯੂਜ਼ ਕਰ ਸਕਦੇ ਹੈਗੇ ਨੇ ਪੇਰੈਂਟਸ ਲਈ ਤਿੰਨ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਨੇ ਇੱਕ ਹੈਗਾ ਹੈ ਜਿਹੜੇ ਨੋ ਯਰ ਰਾਈਟਸ ਮਟੀਰੀਅਲ ਹੈਗੇ ਨੇ ਤਾਂ ਕਿ ਜੇ ਤੁਹਾਡੇ ਬੱਚੇ ਨੂੰ ਕੋਈ ਸਕੂਲ ਵਿੱਚ ਬੁਲਿੰਗ ਜਾਂ ਕੋਈ ਤਕਲੀਫ ਹੈਗੀ ਆ ਉਹ ਤੁਸੀਂ ਕਿਵੇਂ ਆਈਡੈਂਟੀਫਾਈ ਕਰ ਸਕਦੇ ਹੈਗੇ ਤੁਹਾਨੂੰ ਕਿਵੇਂ ਪਤਾ ਚੱਲ ਸਕਦਾ ਹੈਗਾ ਤੁਹਾਡੇ ਬੱਚੇ ਦੇ ਨਾਲ ਕੀ ਹੋ ਰਿਹਾ ਹੈਗਾ ਸੋ ਉਹਨਾਂ ਵਿੱਚ ਅਸੀਂ ਨੋ ਯਰ ਰਾਈਟਸ ਮਟੀਰੀਅਲਸ ਬਣਾਏ ਹੈਗੇ ਨੇ ਤਾਂ ਕਿ ਤੁਹਾਨੂੰ ਥੋੜ੍ਹੀ ਉਹਦੇ ਵਿੱਚ ਉਹਦੇ ਬਾਰੇ ਸਮਝ ਆ ਸਕਦੀ ਹੈਗੀ ਆ ਦੂਜੀ ਗੱਲ ਹੈਗੀ ਆ ਅਸੀਂ ਸਿੱਖ ਅਵੇਅਰਨੈਸ ਪ੍ਰੈਜੈਂਟੇਸ਼ਨਸ ਵੀ ਬਣਾਏ ਹੈਗੇ ਨੇ ਜੇ ਤੁਸੀਂ ਚਾਹੁੰਦੇ ਹੈਗੇ ਆ ਤੁਸੀਂ ਸਕੂਲ ਜਾਣਾ ਚਾਹੁੰਦੇ ਹੈਗੇ ਆ ਤੁਸੀਂ ਜਾਂ ਤੁਹਾਡੇ ਬੱਚੇ ਵੀ ਪ੍ਰੈਜੈਂਟੇਸ਼ਨ ਦੇਣਾ ਚਾਹੁੰਦੇ ਹੈਗੇ ਆ ਤੁਸੀਂ ਇਹ ਪ੍ਰੈਜੈਂਟੇਸ਼ਨ ਡਾਊਨਲੋਡ ਕਰਕੇ ਜਿਹੜੇ ਟਾਕਿੰਗ ਪੁਆਇੰਟਸ ਹੈਗੇ ਨੇ ਪ੍ਰੈਜੈਂਟੇਸ਼ਨ ਕਿਵੇਂ ਦੇਣੀ ਹੈਗੀ ਆ ਇਹ ਸਾਰਾ ਕੁਝ ਉਹਦੇ ਵਿੱਚ ਹੈਗਾ ਹੈ ਤੀਜੀ ਗੱਲ ਹੈਗੀ ਆ ਮਾਪਿਆਂ ਅਤੇ ਬੱਚੇ ਵੀ ਜਿਹੜੇ ਇਹ ਰਿਸੋਰਸਿਸ ਹੈਗੇ ਨੇ ਲੈਸਨ ਪਲਾਨਸ ਹੈਗੇ ਨੇ ਇਹ ਆਪੇ ਜਾ ਕੇ ਆਪਣੇ ਪ੍ਰਿੰਸੀਪਲ ਜਾਂ ਐਜੂਕੇਟਰਸ ਟੀਚਰਸ ਨੂੰ ਦੇ ਸਕਦੇ ਹੈਗੇ ਨੇ ਅਤੇ ਅਸੀਂ ਚਾਹੁੰਦੇ ਹੈਗੇ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਵਰਤੋਂ ਅਤੇ ਐਕਚੁਅਲੀ ਹੋਰ ਜ਼ਰੂਰੀ ਗੱਲ ਹੈਗੀ ਆ ਕਦੀ ਕਦੀ ਮਾਪਿਓ ਸਾਡੇ ਕੋਲ ਆਉਂਦੇ ਹੈਗੇ ਨੇ ਉਹਨਾਂ ਦੇ ਬੱਚੇ ਦਸਤਾਰ ਬਣਦੇ ਹੈਗੇ ਨੇ ਜਾਂ ਕਿਰਪਾਨ ਸਜਾ ਕੇ ਜਾਂਦੇ ਹੈਗੇ ਨੇ ਸਕੂਲ ਵਿੱਚ ਅਤੇ ਉਹ ਚਾਹੁੰਦੇ ਹੈਗੇ ਨੇ ਦਸਤਾਰ ਜਾਂ ਕਿਰਪਾਨ ਦੇ ਬਾਰੇ ਉਹ ਇੱਕ ਚਿੱਠੀ ਲਿਖ ਸਕੇ ਆਪਣੇ ਸਕੂਲ ਪ੍ਰਿੰਸੀਪਲ ਜਾਂ ਟੀਚਰਸ ਨੂੰ ਇਹਨਾਂ ਦੋਨਾਂ ਚੀਜ਼ਾਂ ਦੇ ਜਾਣਕਾਰੀ ਵਿੱਚ ਅਤੇ ਅਸੀਂ ਫਿਰ ਸੋਚਿਆ ਹੈਗਾ ਅਸੀਂ ਉਹ ਲੈਟਰ ਡਰਾਫਟ ਕਰਕੇ ਔਨਲਾਈਨ ਪਾ ਦਿੰਦੇ ਹੈਗੇ ਹਾਂ ਤੁਸੀਂ ਜਿੱਦਾਂ ਵੀ ਯੂਜ਼ ਕਰਨਾ ਚਾਹੁੰਦੇ ਹੈਗੇ ਹੋ ਕਰ ਸਕਦੇ ਹੈਗੇ ਹੋ ਅਤੇ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਅਸੀਂ ਤੁਹਾਨੂੰ ਥੋੜ੍ਹੀ ਜਿਹੀ ਗਾਈਡੈਂਸ ਦੇਵੇ ਸਪੈਸ਼ਲੀ ਕਿਰਪਾਨ ਇਸ਼ੂਜ਼ ਦੇ ਉੱਤੇ ਤੁਸੀਂ ਸਾਨੂੰ ਬੇਸ਼ੱਕ ਫੋਨ ਕਰ ਸਕਦੇ ਹੈਗੇ ਹੋ ਅਤੇ ਅਸੀਂ ਤੁਹਾਡੀ ਮਦਦ ਕਰ ਸਕਦੇ ਹੈਗੇ ਹੋ ਪਰ ਜਿਹੜੇ ਇਹ ਲੈਟਰਸ ਹੈਗੇ ਨੇ ਇਹ ਸਾਰੇ ਡਰਾਫਟ ਹੈਗੇ ਨੇ ਬਸ ਤੁਹਾਨੂੰ ਆਪਣੇ ਬੱਚੇ ਦੇ ਨਾਂ ਸਾਰਾ ਕੁਛ ਉਹਨਾਂ ਦੀ ਇਨਫੋਰਮੇਸ਼ਨ ਲਿਖਣੀ ਹੈਗੀ ਹੈ ਅਤੇ ਬਾਕੀ ਤੁਸੀਂ ਇਹ ਫਿਰ ਆਪੇ ਭੇਜ ਸਕਦੇ ਹੈਗੇ ਹੋ ਜਿਹੜੀ ਇਹ ਚਿੱਠੀ ਹੈਗੀ ਆ ਸੋ ਇਹ ਸਾਰਾ ਕੰਮ ਤੁਸੀਂ ਬਹੁਤ ਆਸਾਨ ਕਰ ਦਿੱਤਾ ਹੈਗਾ ਇਹਨੂੰ ਅਸੀਂ ਐਕਸੈਸ ਕਿਵੇਂ ਕਰ ਸਕਦੇ ਹਾਂ ਜਿਵੇਂ ਮੇਰੇ ਹੁਣ ਫਰੈਂਡਸ ਹੈਗੇ ਨੇ ਜਿਨ੍ਹਾਂ ਦੇ ਬੱਚੇ ਨੇ ਉਹ ਇਹਨੂੰ ਕਿਵੇਂ ਐਕਸੈਸ ਕਰ ਸਕਦੇ ਹਾਂ ਹਾਂਜੀ ਬਿਲਕੁਲ ਤੁਸੀਂ ਔਨਲਾਈਨ sikhcoalition.org ਤੇ ਜਾ ਸਕਦੇ ਹੈਗੇ ਹੋ ਤੇ ਤੁਸੀਂ ਇੱਥੇ ਸਿੱਖ ਐਜੂਕੇਸ਼ਨ ਟੈਕਸ ਕਰ ਸਕਦੇ ਹੈਗੇ 252886 ਬੜੇ ਆਰਾਮ ਦੇ ਨਾਲ ਤੁਸੀਂ ਐਕਸੈਸ ਕਰ ਸਕਦੇ ਹੋ ਸਾਰਾ ਕੁਛ ਫ੍ਰੀ ਹੈਗਾ ਹੈ ਸਾਰਾ ਕੁਛ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਵੇਂ ਕਿ ਸਜੀਤ ਨੇ ਦੱਸਿਆ ਤੁਸੀਂ 52886 ਤੇ ਸਿੱਖ ਐਜੂਕੇਸ਼ਨ ਟੈਕਸ ਕਰਕੇ ਇਹਨੂੰ ਡਾਊਨਲੋਡ ਕਰ ਸਕਦੇ ਹੋ ਸਜੀਤ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਥੈਂਕ ਯੂ ਸੋ ਮਚ ਫੋਰ ਗਿਵਿੰਗ ਆਲ ਦਿਸ ਇਨਫੋਰਮੇਸ਼ਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ